ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਲਾਲਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਫਤਿਹਗੜ੍ਹ ਸਾਹਿਬ ਦੀ ਪਾਵਨ ਸਰ ਜ਼ਮੀਨ ਦੇ ਉੱਪਰ ਪਹੁੰਚਣੀ ਸ਼ੁਰੂ ਹੋ ਗਈ ਹੈ। ਇਸੇ ਹੀ ਸੰਦਰਭ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਜਿਹੜੇ ਉਪਰਾਲੇ ਨੇ ਉਹ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਹਰ ਸਾਲ ਕੀਤੇ ਜਾਂਦੇ ਨੇ, ਜੋ ਇਸ ਵਰ੍ਹੇ ਵੀ ਕੀਤੇ ਜਾ ਰਹੇ ਨੇ। ਇਸ ਸੰਦਰਭ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਜਿਹੜੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਹੋਰ ਸਾਥੀ ਸੰਗੀਆਂ ਸਮੇਤ ਮੀਟਿੰਗ ਕਰਨ ਵਾਸਤੇ ਪਹੁੰਚੇ, ਆਪਾਂ ਉਹਨਾਂ ਦੇ ਨਾਲ ਵਿਚਾਰ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਫਤਿਹਗੜ੍ਹ ਸਾਹਿਬ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦਾ ਖਿਆਲ ਰੱਖਿਆ ਜਾਣਾ, ਕਿਸ ਤਰੀਕੇ ਦੇ ਨਾਲ ਇਹ ਸਾਰੀ ਮੀਟਿੰਗ ਦੇ ਵਿੱਚ ਅੱਜ ਦੇ ਫੈਸਲੇ ਲੈ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦੂਰੋਂ ਨੇੜਿਓਂ ਲੱਖਾਂ ਦੀ ਗਿਣਤੀ 'ਚ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ, ਸੋ ਉਹਨਾਂ ਦੀ ਸਹੂਲਤ ਲਈ ਅਤੇ ਉਹਨਾਂ ਦੇ ਸਾਰੇ ਹੀ ਰਹਿਣ ਲਈ, ਲੰਗਰਾਂ ਲਈ, ਹਰ ਤਰ੍ਹਾਂ ਦੀ ਸਹੂਲਤ ਲਈ ਉਹਨਾਂ ਦੇ ਅੱਜ ਅਸੀਂ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਸਾਡੇ ਇੱਥੋਂ ADC ਸਾਹਿਬ ਵੀ ਸੀ, SP ਸਾਹਿਬ ਅਤੇ ਹੋਰ ਅਧਿਕਾਰੀ ਸਨ, ਬਾਕੀ ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਹੋਰ ਆਗੂ ਸਨ, ਸਾਰਿਆਂ ਨੇ ਬੈਠ ਕੇ ਅਸੀਂ ਸਾਰੀ ਵਿਸਤਾਰ ਸਹਿਤ ਅਸੀਂ ਜਿਹੜੀ ਹੈ ਇਹ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਹੈ, ਤਾਂ ਕਿ ਕਿਸੇ ਨੂੰ ਵੀ ਇਸ ਪ੍ਰਬੰਧਾਂ ਦੇ ਵਿੱਚ ਆਉਣ ਵਾਲੇ ਸ਼ਰਧਾਲੂ ਨੂੰ, ਆਉਣ ਵਾਲੇ ਯਾਤਰੂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ। ਉਹ ਸਾਰੀਆਂ ਗੱਲਾਂ ਦੀਆਂ ਅਸੀਂ ਦੇਖਿਆ ਕਿ ਲੰਗਰਾਂ ਦੀ ਵਿਵਸਥਾ ਬਹੁਤ ਚੰਗੀ ਤਰ੍ਹਾਂ ਕੀਤੀ ਜਾਵੇ, ਆਉਣ ਜਾਣ ਦੀ ਵਿਵਸਥਾ, ਰਿਹਾਇਸ਼ ਦੀ ਵਿਵਸਥਾ, ਅਤੇ ਇੱਥੇ ਜਿੰਨੇ ਦੀਵਾਨ ਸਜਣਗੇ ਉਹਨਾਂ ਦੀ ਵਿਵਸਥਾ ਵੀ ਸਾਰੀ ਕਰਨ ਵਾਸਤੇ ਜਿਹੜਾ ਹੈ ਅੱਜ ਇਹ ਮੀਟਿੰਗ ਕੀਤੀ ਹੈ। ਇੱਕ ਬੜੀ ਖੁਸ਼ੀ ਦੀ ਗੱਲ ਹੈ, ਮੈਂ ਇਸ ਗੱਲ ਦੀ ਸ਼ਲਾਘਾ ਵੀ ਕਰਦਾ ਕਿ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਇਹ ਫੈਸਲਾ ਕੀਤਾ ਕਿ ਰਾਜਨੀਤਿਕ ਕਾਨਫਰੰਸਾਂ ਇੱਥੇ ਨਹੀਂ ਕੀਤੀਆਂ ਜਾਣਗੀਆਂ, ਮੈਂ ਉਹਨਾਂ ਦੀ ਵੀ ਸ਼ਲਾਘਾ ਕਰਦਾ, ਕਿਉਂਕਿ ਇਹ ਇੱਕ ਜਿਹੜਾ ਜੋੜ ਮੇਲਾ ਭਾਵਨਿਕ ਤੌਰ 'ਤੇ ਮਨਾਇਆ ਜਾਂਦਾ ਹੈ, ਜਿਹਨੂੰ ਸਭਾ ਕਿਹਾ ਜਾਂਦਾ, ਸੋ ਇਹ ਬੜੀ ਵੈਰਾਗਮਈ ਤਰੀਕੇ ਦੇ ਨਾਲ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ, ਸੋ ਉਸੇ ਤਰੀਕੇ ਨਾਲ ਹੀ ਇਹ ਜੋੜ ਮੇਲਾ ਮਨਾਇਆ ਜਾਂਦਾ, ਕੋਈ ਸਿਆਸੀ ਗੱਲ ਇੱਥੇ ਨਹੀਂ ਹੋਣੀ ਚਾਹੀਦੀ, ਧਾਰਮਿਕ ਤੌਰ 'ਤੇ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਅਤੇ ਉਹ ਸਾਰੇ ਪ੍ਰਬੰਧਾਂ ਦਾ ਅੱਜ ਅਸੀਂ ਜਿਹੜਾ ਲੇਖਾ ਜੋਖਾ ਕੀਤਾ ਹੈਗਾ, ਸੋ ਆਸ ਹੈ ਕਿ ਸਾਰੇ ਵਧੀਆ ਤਰ੍ਹਾਂ ਦੇ ਪ੍ਰਬੰਧ ਸਾਰੇ ਹੋਣ, ਤਾਂ ਕਿ ਕਿਸੇ ਵੀ ਇੱਥੇ ਦਰਸ਼ਨ ਕਰਨ ਵਾਲੇ ਯਾਤਰੀ ਨੂੰ ਜਾਂ ਦਰਸ਼ਨ ਭਲਾਖੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ। ਅਤੇ ਜਿਵੇਂ ਪ੍ਰਧਾਨ ਸਾਹਿਬ, ਆਪਾਂ ਇਹ ਬੜਾ ਭਾਵਪੂਰਤਕ ਮਾਹੌਲ ਬਣ ਜਾਂਦਾ ਕੌਮ ਦੇ ਵਿੱਚ ਇਹਨਾਂ ਦਿਨਾਂ ਨੂੰ ਲੈ ਕੇ, ਪੋਹ ਦੇ ਮਹੀਨੇ, ਕਿਉਂਕਿ ਸ਼ਹੀਦੀ ਪੰਦਰਵਾੜਾ ਹੈ, ਅਤੇ ਆਪ ਜੀ ਵੱਲੋਂ ਇਸ ਸੰਸਥਾ ਦੇ ਮੁਖੀ ਹੁੰਦਿਆਂ ਕੌਮ ਦੇ ਨਾਂ ਕੋਈ ਸੰਦੇਸ਼ ਜਿਹੜਾ ਉਹ ਆਪ ਜੀ ਬੱਚਿਆਂ ਵਾਸਤੇ, ਬਜ਼ੁਰਗਾਂ ਵਾਸਤੇ, ਇੱਥੇ ਆਉਣ ਵਾਲੀ ਸਾਰੀ ਸੰਗਤ ਵਾਸਤੇ ਆਪ ਜੀ ਕੁਝ ਬਚਨ? ਦੇਖੋ, ਜਿਵੇਂ ਤੁਸੀਂ ਕਿਹਾ, ਬੜੀ ਭਾਵਨਾਤਮਕ ਤੌਰ 'ਤੇ ਇਹ ਸਾਰਾ ਜੋੜ ਮੇਲਾ ਮਨਾਇਆ ਜਾਂਦਾ, ਇੱਕ ਤਾਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰ ਬੈਠ ਕੇ, ਆਪਣੇ ਬੱਚਿਆਂ ਦੇ ਵਿੱਚ ਬੈਠ ਕੇ, ਔਰ ਉਹਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਔਰ ਜਪੀ ਸਾਹਿਬ ਦੇ ਪਾਠ ਕੀਤੇ ਜਾਣ ਸਾਰਿਆਂ ਨੂੰ, ਅਤੇ ਇਸ ਕਰਕੇ ਔਰ ਜਿੰਨੇ ਵੀ ਸਾਡੇ ਵਿੱਦਿਅਕ ਅਦਾਰੇ ਨੇ ਉਹਨਾਂ ਨੂੰ ਵੀ ਅਸੀਂ ਚਿੱਠੀਆਂ ਲਿਖਾਂਗੇ ਕਿ ਇਹਨੂੰ ਬਾਲ ਸ਼ਹੀਦੀ ਦਿਵਸ ਤੌਰ 'ਤੇ ਮਨਾਇਆ ਜਾਵੇ, ਤਾਂ ਕਿ ਸਾਡੇ ਜਿਹੜੇ ਵਿਦਿਆਰਥੀ ਨੇ, ਜਿਹੜੇ ਬੱਚੇ ਨੇ, ਉਹਨਾਂ ਨੂੰ ਇਹਨਾਂ ਸ਼ਹੀਦਾਂ ਦੀ ਪ੍ਰਤੀ ਜਾਣਕਾਰੀ, ਇਹਨਾਂ ਦੀ ਕਿਵੇਂ ਸ਼ਹੀਦੀ ਹੋਈ, ਕੀ ਜੀਵਨ ਸੀ, ਕਿਸ ਲਈ ਸ਼ਹੀਦੀ ਹੋਈ, ਸਾਰੀਆਂ ਗੱਲਾਂ ਦਾ ਇਤਿਹਾਸ ਦਾ ਸਾਰੇ ਬੱਚਿਆਂ ਨੂੰ ਪੂਰਾ ਵਿਸਥਾਰ ਨਾਲ ਦੱਸਣਾ ਜਾਵੇ ਅਤੇ ਹਰ ਸਕੂਲ ਦੇ 'ਚ ਪਾਠ ਕੀਤੇ ਜਾਣ। ਇਹ ਮੈਂ ਆਪਣੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ 'ਚ ਵੀ ਚਿੱਠੀ ਲਿਖੀ ਹੈ, ਇਹਦਾ ਮੈਂ ਜਿਹੜਾ ਹੈ ਪੰਜਾਬ ਸਰਕਾਰ ਨੂੰ ਅਤੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ, ਤਾਂ ਕਿ ਉਹਨਾਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਇਹ ਛੋਟੇ ਸਾਹਿਬਜ਼ਾਦੇ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਜਾਵੇ। ਅਤੇ ਇੱਕ, ਚਲੋ ਗੱਲ ਥੋੜ੍ਹੀ ਜਿਹੀ ਰਾਜਨੀਤਿਕ ਪੱਖ ਤੋਂ ਹੈ, ਜਿੱਦਾਂ ਹੁਣ ਇਹ ਭਾਵਪੂਰਤਕ ਦਿਨ ਨੇ, ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਜਿਹੜੀ ਆਪਣੀ ਪੰਚਾਇਤੀ ਚੋਣਾਂ ਨੇ, ਇਹਨੂੰ ਤੁਸੀਂ ਕਿਵੇਂ? ਦੇਖੋ, ਅਸੀਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਅਪੀਲ ਵੀ ਕੀਤੀ ਸੀ ਭਾਰਤ ਪੰਜਾਬ ਦੀ ਸਰਕਾਰ ਨੂੰ ਕਿ ਚੋਣਾਂ ਅੱਗੇ ਕੀਤੀਆਂ ਜਾਣ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਰੇ ਲੋਕ ਵੈਰਾਗਮਈ ਤਰ੍ਹਾਂ ਦੇ ਭਾਵਨਿਕ ਹੋ ਕੇ ਸਾਰੇ ਸ਼ਹੀਦੀ ਜੋੜ ਮੇਲੇ ਮਨਾਉਂਦੇ ਨੇ, ਜਿਹਨੂੰ ਪੰਦਰਵਾੜਾ ਕਿਹਾ ਜਾਂਦਾ, ਔਰ ਮੈਂ ਸਮਝਦਾ ਕਿ ਇਹਦੇ ਵਿੱਚ ਜਦੋਂ ਅਸੀਂ ਚੋਣਾਂ ਕਰਾਵਾਂਗੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਗੱਲਾਂ ਚੱਲਣਗੀਆਂ, ਕੋਈ ਸ਼ਰਾਬਾਂ ਦੇ ਤੌਰ ਚੱਲਣਗੇ ਹੋਰ, ਅਤੇ ਇਹ ਗੱਲਾਂ ਜਿਹੜੀਆਂ ਨੇ ਠੇਸ ਪਹੁੰਚਦੀ ਹੈ, ਜਿਹੜੇ ਆਮ ਸ਼ਰਧਾਲੂ ਨੇ, ਜਿਹੜੇ ਸਿੱਖ ਮਤ ਨਾਲ ਸੰਬੰਧ ਰੱਖਣ ਵਾਲੇ ਨੇ, ਇੱਕ ਭਾਵਨਾਤਮਕ ਤੌਰ 'ਤੇ ਆਪਣਾ ਇਹ ਮਨਾ ਰਹੇ ਨੇ, ਸੋ ਚਾਹੀਦਾ ਤਾਂ ਇਸ ਕਿ ਅੱਗੇ ਕੀਤੀਆਂ ਜਾਣ,
ਲੇਕਿਨ ਸਰਕਾਰ ਨੇ ਇਹ ਗੱਲ ਸਾਡੀ ਸਵੀਕਾਰ ਨਹੀਂ ਕੀਤੀ। ਚਲੋ ਫਿਰ ਵੀ ਆਪ ਜੀ ਵੱਲੋਂ ਜਿਹੜੇ ਉਚੇਚੇ ਪ੍ਰਬੰਧ ਨੇ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸੰਗਤਾਂ ਦੇ ਵਾਸਤੇ ਜੋ ਨਤਮਸਤਕ ਹੋਣ ਆ ਰਹੀਆਂ ਨੇ, ਹੁਣੇ ਤੋਂ ਵੱਡੀ ਤਾਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ, ਸੋ ਆਪ ਜੀ ਨੇ ਸਾਨੂੰ ਸਮਾਂ ਦਿੱਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।